ਭਾਰਤੀ ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਮੀਡੀਆ ਦੀ ਆਜ਼ਾਦੀ ਦਾ ਘਾਣ ਕਰਦਿਆਂ ਹੋਇਆਂ ਪੰਜਾਬ ਦੇ ਕੇਬਲ ਨੈਟਵਰਕ ਵੱਲੋਂ ਕੁਝ ਸਮਾਂ ਪਹਿਲਾਂ ਇੰਡੀਆ ਨਿਊਜ਼ ਹਰਿਆਣਾ ABP ਸਾਂਝਾ ਪੰਜਾਬ TV ਚੈਨਲ ਬੰਦ ਕਰਨ ਤੋਂ ਇਲਾਵਾ ਹੁਣ ETV ਪੰਜਾਬ ਨਿਊਜ਼ ਅਤੇ ਜੀ ਨਿਊਜ਼ ਪੰਜਾਬ ਹਰਿਆਣਾ ਚੈਨਲ ਪੰਜਾਬ 'ਚ ਬੰਦ ਕਰ ਦਿੱਤਾ ਗਿਆ, ਜਿਸ ਦੇ ਵਿਰੋਧ ਵਿੱਚ ਅੱਜ ਫਰੀਦਕੋਟ ਵਿਖੇ ਯੂਥ ਕਾਂਗਰਸ ਵੱਲੋਂ ਮੌਜੂਦਾ ਪੰਜਾਬ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਪੰਜਾਬ ਸਰਕਾਰ ਵਿਰੁੱਧ ਸ੍ਰੀ ਅੰਮ੍ਰਿਤਸਰ ਸਾਹਿਬ ਬਠਿੰਡਾ ਹਾਈਵੇਜ਼ ਨੂੰ ਪੂਰਨ ਤੌਰ 'ਤੇ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਜਿਵੇਂ ਕਿ ਤੁਸੀਂ ਦੇਖ ਰਹੇ ਹੋ, ਇੱਥੇ ਪੁਤਲਾ ਵੀ ਫੂਕਿਆ ਗਿਆ, ਰੋਡ ਜਾਮ ਕੀਤਾ ਗਿਆ। ਸਾਨੂੰ ਖੁਸ਼ੀ ਨਹੀਂ ਸੀ ਇੱਥੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਦੀ, ਪਰ ਇਹ ਗੰਦੀ ਸਰਕਾਰ ਭ੍ਰਿਸ਼ਟ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਜ਼ਰੂਰੀ ਹੈ ਸਾਰੀਆਂ ਗੱਲਾਂ। ਜਿਵੇਂ ਕਿ ਤੁਸੀਂ ਵੇਖ ਰਹੇ ਹੋ, ਪਹਿਲਾਂ ABP ਸਾਂਝਾ ਬੰਦ ਕੀਤਾ ਇਹਨਾਂ ਨੇ, ਮੀਡੀਆ ਦੀ ਆਵਾਜ਼ ਹੈ ਜਿਹੜੀ ਇਹ ਬੰਦ ਕਰ ਰਹੇ, ਦਿਨੋਂ ਦਿਨ ਮੀਡੀਆ ਨਾਲ ਧੱਕੇਸ਼ਾਹੀ ਕਰ ਰਹੇ ਆ ਬਾਦਲ ਸਰਕਾਰ। ਜਿਵੇਂ ਕਿ ਪਹਿਲਾਂ ABP ਸਾਂਝਾ ਬੰਦ ਹੋਇਆ, ਉਵੇਂ ਇਹਨਾਂ ਨੇ ਜੀ ਪੰਜਾਬ ਹਰਿਆਣਾ, ਜੋ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਜਿੱਥੇ ਵੀ ਕੋਈ ਵਾਪਸੀ ਕਰਦਾ ਸੀ, ਆਵਾਜ਼ ਚੱਕਦਾ ਸੀ, ਉਹਨੂੰ ਵਿਖਵਾਇਆ ਜਾਂਦਾ ਸੀਗਾ, ਬਾਦਲਾਂ ਦੀ ਉਲਟ ਜਿਹੜੀ ਖਬਰ ਬਣਦੀ ਸੀ ਉਹ ਲਾਉਂਦੇ ਸੀ, ਉਹਨੂੰ ਇਹਨਾਂ ਨੇ ਬੰਦ ਕਰਤਾ ਵੀ ਸਾਡੀ ਕੋਈ ਵੀ ਜੋ ਕਾਲੀਆਂ ਕਰਤੂਤਾਂ ਸਾਡੀਆਂ ਉਹ ਕੋਈ ਵਿਖਾ ਨਾ ਸਕੇ। ਫਰੀਦਕੋਟ ਤੋਂ ਆਜ਼ਾਦ TV ਨਿਊਜ਼ ਦੇ ਲਈ ਗੁਰਜੀਤ ਰੋਮਾਣਾ ਦੀ ਰਿਪੋਰਟ।